फेमस पंजाब टीवी देख रहे सारे दर्शकों नूं मेरे वल्लों यानी कि सोहेल खान वल्लों प्यार भरी सत श्री अकाल जी। सो दोस्तों आपां अपनी जिंदगी दे विच बहुत सारी ऐसियां चीज़ां ने कि आपां हुण बहुत ज़्यादा तरक्की कर ली है सोशल मीडिया दे जमाने दे विच, टैक्नोलॉजी बहुत ज़्यादा वध गई है। सो आपां ने अपने आप नूं इन्ना क बिजी कर लिया है कि आपां अपनी जिंदगी दे विच इन्ने रुझेवें पा लए ने कि आपां अपने वातावरण नूं बहुत ज़्यादा पिछे छड्ड के आ चुके हैं। सो आपां चाहे वह किसी भी कोई भी इंसान किसी भी अपने पोस्ट के उत्ते होवे वो अपने काम के विच इन्ना क रुझिया होया आ कि उसनों अपने वातावरण की बिल्कुल भी फिक्र नहीं हैगी। सो दोस्तों एक इदां दे ही एक परसनैलिटी मेरे नाल अज बैठी है जिन्होंने साडे वातावरण की ख्याल की, साड़ी आने वाली पीढ़ियां की, बल्कि साड़ी खुद की जिहड़ी कि उन्होंने ये चीज़ उन्होंने देखी है कि वातावरण किन्ना क दूषित हो चुकिया हूँ। सो हूँ साढ़े नाल डॉक्टर राजवंत सिंह है जिहड़े कि इको सिख के एसोसीएशन के प्रधान ने। सो आप हूँ उन्हों का स्वागत करते हैं। डॉक्टर साहब थोड़ा बहुत बहुत स्वागत है जी फेमस पंजाब टीवी के उत्ते। बहुत बहुत धन्यवाद जी। की हाल चाल ने जी? बहुत वधिया जी, तुहाडे दर्शकों राही आपां सांझ बनावांगे तुहाडे जिन्ने भी ਤੁਹਾਡੇ ਟੀਵੀ ਰਾਹੀਂ ਜੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਬਹੁਤ ਵਧੀਆ ਜੀ। ਮੈਂ ਉੱਥੇ ਆਪਣਾ ਵਾਸ਼ਿੰਗਟਨ ਦੇ ਵਿੱਚ ਹੈਗਾ ਜੀ, ਅਤੇ ਡੈਂਟਿਸਟ ਹੈਗਾ, ਪਰ ਮੇਰਾ ਇੱਧਰ ਕਾਫੀ ਰੁਝਾਨ ਹੈਗਾ ਵੀ ਵਾਤਾਵਰਨ ਲਈ ਕੁਛ ਕੰਮ ਕੀਤਾ ਜਾਵੇ, ਪੰਜਾਬ ਲਈ ਕੁਛ ਕੀਤਾ ਜਾਵੇ ਜੀ। ਡਾਕਟਰ ਸਾਹਿਬ ਜਦੋਂ ਮੈਂ ਨਾ ਛੋਟਾ ਹੁੰਦਾ ਸੀਗਾ ਨਾ, ਮੈਂ ਇੱਕ ਚੀਜ਼ ਦੇਖੀ ਸੀਗੀ ਕਿ ਆਪਾਂ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੀ ਖੇਤਾਂ ਵਾਲੀ ਏਰੀਆ ਮਤਲਬ ਹੈ ਨਾ ਜੰਗਲ ਟਾਈਪ ਹੁੰਦਾ ਸੀਗਾ, ਮਤਲਬ ਪੇੜ ਪੌਦੇ ਬਹੁਤ ਜ਼ਿਆਦਾ ਸੀਗੇ, ਅਤੇ ਅੱਜ ਮੈਂ ਉੱਥੇ ਦੇਖਦਾ ਹਾਂ ਕਿ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਤਰੱਕੀ ਕੀਤੀ ਹੈ ਜਾਂ ਆਪਾਂ ਥੋੜ੍ਹਾ ਪਿੱਛੇ ਚਲੇ ਗਏ ਹਾਂ, ਮਤਲਬ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸੋ ਇਹਦੇ ਬਾਰੇ। ਮੈਂ ਤਾਂ ਇਹ ਕਹਿੰਦਾ ਜੀ ਵੀ ਤਰੱਕੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਜੀ। ਤਰੱਕੀ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਹੁਣ ਘਰ ਦੇ ਵਿੱਚ ਵੀ ਜਦੋਂ ਤੁਸੀਂ ਕੋਈ ਤਰੱਕੀ ਦਾ ਕਰਨ ਗੱਲ ਸੋਚਦੇ ਹੋ ਅਤੇ ਤੁਸੀਂ ਕੀ ਆਪਣੇ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦਿੰਦੇ ਹੋ ਅਤੇ ਉਹਨੂੰ ਤਰੱਕੀ ਕਹਿੰਦੇ ਹੋ, ਜਾਂ ਕੋਈ ਬਜ਼ੁਰਗ ਦੀ ਜਿਹੜੀ ਤਸਵੀਰ ਲੱਗੀ ਹੋਈ ਉਹਨੂੰ ਬਾਹਰ ਕੱਢ ਕੇ ਬਾਹਰ ਰੱਖ ਕੇ ਕਹਿੰਦੇ ਉਹਨੂੰ ਤਰੱਕੀ ਹੋ ਗਈ, ਉਹ ਤਾਂ ਤਰੱਕੀ ਕੋਈ ਨਹੀਂ ਹੈ, ਉਹ ਤਾਂ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੈ। ਸੋ ਜਿਹੜਾ ਵੀ ਹੁਣ ਤੱਕ ਅਸੀਂ ਕੀਤਾ ਉਹ ਅੱਗਾ ਦੌੜ ਪਿੱਛਾ ਚੌੜ ਹੈ, ਮੀਨਿੰਗ ਅਸੀਂ ਦੌੜੇ ਜਾ ਰਹੇ ਹਾਂ, ਪਤਾ ਨਹੀਂ ਕਿਹੜੀ ਵੈਸਟਰਨਾਈਜ਼ ਸੋਸਾਇਟੀ ਦੇ ਨਾਲ ਅਸੀਂ ਪੈਰ ਨਾਲ ਪੈਰ ਮਿਲਾਉਣਾ ਚਾਹੁੰਦੇ ਹਾਂ। ਅਤੇ ਜਦਕਿ ਜਿਹੜਾ ਸਾਡਾ ਹੈਰੀਟੇਜ ਹੈ, ਸਾਡਾ ਆਪਣਾ ਵਿਰਸਾ ਹੈ, ਜੋ ਸਾਡੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਹੁਣ ਤੱਕ ਜਿਉਂਦਾ ਰੱਖਿਆ ਹੈ, ਅਸੀਂ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਲਾਸ਼ ਦੇ ਉੱਤੇ ਉੱਪਰ ਚੜ੍ਹਨਾ ਚਾਹੁੰਦੇ ਹਾਂ, ਉਹ ਤਾਂ ਕਦੇ ਵੀ ਨਹੀਂ ਕੋਈ ਵੀ ਕਲਚਰ, ਕੋਈ ਵੀ ਜਿਹੜਾ ਇਨਸਾਨ ਵੱਧ ਨਹੀਂ ਸਕਦਾ ਇਸ ਤਰੀਕੇ ਨਾਲ ਜੀ। ਡਾਕਟਰ ਸਾਹਿਬ ਇਸ ਸਮੇਂ ਦੇ ਵਿੱਚ ਕਿੰਨੀ ਕੁ ਜ਼ਰੂਰਤ ਹੈ ਸਾਨੂੰ ਆਪਣੇ ਵਾਤਾਵਰਨ ਸਾਂਭਣ ਲਈ, ਕਿਉਂਕਿ ਆਪਾਂ ਹੁਣ ਕਿੱਥੇ ਜੇ ਖੜੇ ਹਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਮੈਂ ਤਾਂ ਇਹ ਤੁਹਾਡੇ ਦਰਸ਼ਕਾਂ ਨੂੰ ਇਹ ਪੁੱਛਣਾ ਚਾਹਾਂਗਾ ਅਤੇ ਤੁਹਾਨੂੰ ਪਤਾ ਵੀ ਇਸ ਗੱਲ ਦਾ ਵੀ ਇੱਕ ਹੀ ਸ਼ਹਿਰ ਪਰ ਚਾਰ ਦਿਨਾਂ ਦੀ ਗੱਲ ਹੈ, ਅਮਰੀਕਾ ਦੇ ਸਭ ਤੋਂ ਵੱਡੇ ਟੈਲੀਵਿਜ਼ਨ ਚੈਨਲ ਵੱਲੋਂ ਇਹ ਡਿਕਲੇਅਰ ਕੀਤਾ ਗਿਆ ਕਿ ਹਿੰਦੁਸਤਾਨ ਦੇ ਵਿੱਚ 21 ਸ਼ਹਿਰ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਸਾਲ ਦਾ ਪਾਣੀ ਬਚਿਆ। ਹਾਂਜੀ, ਅਤੇ ਸਭ ਤੋਂ ਅਫਸੋਸ ਵਾਲੀ ਗੱਲ ਹੈ ਵੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ, ਪੰਜਾਬ ਦੇ 5 ਸ਼ਹਿਰ ਉਸ ਗਿਣਤੀ ਦੇ ਵਿੱਚ ਨੇ, ਅਤੇ ਤੁਸੀਂ ਦੱਸੋ ਵੀ ਹੁਣ ਮੈਂ ਉਹ ਪੜ੍ਹੇ ਨਹੀਂ ਕਿਹੜੇ ਕਿਹੜੇ ਸ਼ਹਿਰ ਨੇ, ਬਸ ਜੇ ਫੋਰ ਇਗਜ਼ਾਮਪਲ ਜੇ ਪਟਿਆਲਾ ਆ ਜਾਏ ਜਾਂ ਲੁਧਿਆਣਾ ਹੈਗਾ, ਮੋਸਟ ਲਾਈਕਲੀ ਲੁਧਿਆਣਾ ਜ਼ਰੂਰ ਉਹਦੇ 'ਚ ਹੋਏਗਾ, ਅੰਮ੍ਰਿਤਸਰ ਜ਼ਰੂਰ ਹੋਏਗਾ, ਹਾਂਜੀ, ਜਾਂ ਪਟਿਆਲਾ ਲਾ ਲਓ ਜਾਂ ਤੁਸੀਂ ਜਲੰਧਰ ਲਾ ਲਓ ਜਾਂ ਮੰਡੀ ਗੋਬਿੰਦਗੜ੍ਹ ਲਾ ਲਓ, ਇਹ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ ਜੇ ਪਾਣੀ ਇੱਕ ਸਾਲ ਤੱਕ ਹੀ ਬਚਿਆ ਹੈ ਤਾਂ ਇੱਥੋਂ ਦੇ ਜਿਹੜੇ ਲੋਕ ਕਿੱਥੇ ਜਾਣਗੇ? ਮੈਨੇ ਜੀ ਇਹ ਜਿਨ੍ਹਾਂ ਨੂੰ ਇਹ ਸੁਣੀ ਹੈ, ਜਿਨ੍ਹਾਂ ਨੇ ਇਹ ਪੜ੍ਹੀ ਹੈ ਖਬਰ ਜਾਂ ਵਟਸਐਪ ਦੇ ਉੱਤੇ ਸ਼ੇਅਰ ਕਰੀ ਜਾ ਰਹੇ ਲੋਕ, ਯਾਰ ਉਹ ਸ਼ੇਅਰ ਕਰਨ ਦਾ ਕੀ ਫਾਇਦਾ? ਵੀ ਜ਼ਿਆਦਾ ਕੁਛ ਉਹਦੇ ਬਾਰੇ ਕੀਤਾ ਜਾਣਾ ਚਾਹੀਦਾ? ਵੀ ਜਿੱਦਾਂ ਮੈਂ ਤਾਂ ਇਹ ਸਵਾਲ ਪੁੱਛਦਾ ਵੀ ਜੇ ਤੁਹਾਡੇ ਸਰੀਰ ਦੇ ਉੱਤੇ ਕੋਈ ਫੋੜਾ ਹੋ ਜਾਵੇ ਜਾਂ ਮੇਰੇ ਮਾਂ ਦੇ ਸਰੀਰ ਦੇ ਉੱਤੇ ਕੋਈ ਇੱਦਾਂ ਦਾ ਜ਼ਖਮ ਆ ਜਾਵੇ, ਕੀ ਅਸੀਂ ਇਗਨੋਰ ਕਰਾਂਗੇ ਕਿ ਜੀ ਸਰਕਾਰ ਦੀ ਵੇਟ ਕਰਾਂਗੇ, ਜੀ ਸਰਕਾਰ ਆਵੇਗੀ ਜੀ ਐਂਬੂਲੈਂਸ ਭੇਜੇਗੀ ਮੇਰੀ ਮਾਂ ਨੂੰ ਲੈ ਕੇ ਜਾਵਾਂਗੇ, ਜਾਂ ਮੇਰਾ ਬੱਚਾ ਜੀ ਉਹ ਬਿਮਾਰ ਹੈਗਾ, ਪਰ ਨਹੀਂ ਅਸੀਂ ਵੇਟ ਕਰੀਏ, ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ, ਸਰਕਾਰ ਆਊਗੀ, ਸਰਕਾਰ ਸਾਡੇ ਲਈ ਸੜਕ ਬਣਾਊਗੀ, ਸਰਕਾਰ ਗੱਡੀ ਲੈ ਕੇ ਆਊਗੀ ਤਾਂ ਸਾਡਾ ਬੱਚਾ ਉੱਥੇ ਜਾਊਗਾ ਅਤੇ ਠੀਕ ਹੋਊਗਾ। ਅਸੀਂ ਜਦੋਂ ਸਾਨੂੰ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਅਸੀਂ ਭੱਜਦੇ ਹਾਂ ਉਸੇ ਵੇਲੇ, ਉਹਦਾ ਇਲਾਜ ਲੱਭਦੇ ਹਾਂ, ਅਸੀਂ ਕਹਿੰਦੇ ਹਾਂ ਵੀ ਮੇਰੀ ਮਾਂ ਨੂੰ ਜੇ ਕੁਛ ਵੀ ਹੋਇਆ ਇਹਨੂੰ ਠੀਕ ਕਰੀਏ, ਮੇਰੇ ਬੱਚੇ ਨੂੰ ਠੀਕ ਹੋਣਾ ਚਾਹੀਦਾ। ਉਸ ਕਿਸਮ ਦਾ ਫਿਕਰ ਵਾਲਾ ਇੱਕ ਜਿਹਦੇ ਵਿੱਚ ਫਿਕਰ ਵੀ ਹੈ, ਤੇਜ਼ੀ ਵੀ ਹੈ, ਤੁਹਾਨੂੰ ਇੱਕ ਉਹਦਾ ਸਲੂਸ਼ਨ ਲੱਭਣ ਲਈ ਤੁਸੀਂ ਉਤੇਜਿਤ ਹੁੰਦੇ ਹੋ, ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਉਸ ਢੰਗ ਦੇ ਨਾਲ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਖੜ੍ਹੇ ਹੋਣ ਦੀ ਲੋੜ ਹੈ ਵਾਤਾਵਰਨ ਲਈ ਜੀ। ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਹੁਣ ਦੱਸਿਆ ਕਿ ਜਿਹੜੇ ਕਿ 5 ਸ਼ਹਿਰ ਨੇ ਪੰਜਾਬ ਦੇ ਜਿਹਨਾਂ ਵਿੱਚ 1 ਸਾਲ ਤੱਕ ਹੀ ਜਿਹੜਾ ਕਿ ਪਾਣੀ ਬਚਿਆ ਆ, ਅਤੇ ਤੁਸੀਂ ਇੱਕ ਡਾਕਟਰ ਵੀ ਹੈਗੇ ਹੋ, ਇੱਕ ਸੇਵਾ ਵੀ ਕਰ ਰਹੇ ਹੋ ਸਾਡੇ ਪੰਜਾਬ ਲਈ, ਅਤੇ ਜਦੋਂ ਇਹ ਇੱਦਾਂ ਦੀ ਖਬਰਾਂ ਸੁਣਦੇ ਹੋ ਅੰਦਰ ਅੰਦਰੂਨੀ ਤੌਰ 'ਤੇ ਦਿਲ ਦੇ ਉੱਤੇ ਕੀ ਬੀਤਦੀ ਹੈ, ਕੀ ਮਹਿਸੂਸ ਕਰਦੇ ਹੋ ਦਿਲ ਦੇ ਉੱਤੇ? ਮੈਂ ਹੁਣ ਕੀ ਦੱਸਿਆ ਜੀ, ਮੈਨੇ ਦਿਲ ਰੋਂਦਾ ਵੀ ਹੈ ਅਤੇ ਨਾਲ ਸਾਨੂੰ ਇੱਕ ਅਫਸੋਸ ਵੀ ਆਉਂਦਾ ਅਤੇ ਗੁੱਸਾ ਵੀ ਆਉਂਦਾ ਵੀ ਅਸੀਂ ਇੰਨੇ ਆਪਣੇ ਆਪ ਨੂੰ ਅਸੀਂ ਇਨਸੈਂਸਿਟਿਵ ਬਣਾ ਲਿਆ
ਮੈਨੇ ਜਿੱਦਾਂ ਕਿ ਨਮ ਬਣਾ ਲਿਆ, ਜਿੱਦਾਂ ਕੋਈ ਟੀਕਾ ਆਪਣਾ ਕੋਈ ਆਪਰੇਸ਼ਨ ਕਰਨ ਤੋਂ ਪਹਿਲਾਂ ਇੱਕ ਐਨਸਥੀਸੀਆ ਦਿੰਦਾ ਵੀ ਤੁਹਾਡਾ ਇਹ ਜਗ੍ਹਾ ਨਮ ਹੋ ਜਾਵੇ, ਵੀ ਜਦੋਂ ਉੱਥੇ ਛੁਰੀ ਚਲਾਓ ਤਾਂ ਤੁਹਾਨੂੰ ਦਰਦ ਨਾ ਮਹਿਸੂਸ ਹੋਵੇ। ਇਸ ਕਿਸਮ ਦੀ ਜਿਹੜੀ ਸਾਡੀ ਮਾਨਸਿਕ ਦਸ਼ਾ ਬਣਾ ਲਈ ਅਸੀਂ ਵੀ ਸਾਨੂੰ ਕੋਈ ਪਰਵਾਹ ਹੀ ਨਹੀਂ ਹੈ ਵੀ ਸਾਡੇ ਨਾਲ ਕੁਛ ਹੋ ਰਿਹਾ। ਅਸੀਂ ਸਾਰਾ ਗੱਲ ਕੀ ਹੁੰਦਾ ਸੀ, ਹਰੇਕ ਸ਼ਾਮ ਨੂੰ ਇਕੱਠੇ ਹੋ ਕੇ ਕਹਿੰਦੇ ਲਓ ਜੀ ਸਰਕਾਰ ਨੇ ਕੀਤਾ, ਕਰਨਾ ਸੀ ਉਹਨੇ ਕੁਛ ਕੀਤਾ ਨਹੀਂ ਜੀ, ਆਹ SGPC ਨੇ ਕੁਛ ਨਹੀਂ ਕੀਤਾ ਜੀ, ਬਲੇਮ ਕਿਸੇ ਹੋਰ 'ਤੇ ਛੱਡਿਆ ਅਤੇ ਸਾਡਾ ਫਿਕਰ ਖਤਮ ਹੋ ਗਿਆ ਕਿ ਜੀ ਅਸੀਂ ਤਾਂ ਆਪਣਾ ਕੰਮ ਕਰ ਲਿਆ, ਅਸੀਂ ਜਿਹਦੇ 'ਤੇ ਦੋਸ਼ ਲਾਉਣਾ ਸੀ, ਜਿਹਨੇ ਕੰਮ ਕਰਨ ਦੀ ਲੋੜ ਸੀ, ਮਿਊਨਸਪੈਲਿਟੀ ਨੂੰ ਕੰਮ ਕਰਨ ਦੀ ਲੋੜ ਸੀ, ਉਹਨੇ ਨਹੀਂ ਕੀਤਾ, ਇਸ ਕਰਕੇ ਹੁਣ ਕੀ ਕਰੀਏ ਜੀ। ਇੱਦਾਂ ਤਾਂ ਕੋਈ ਕੰਮ ਨਹੀਂ ਸੁਰਤ 'ਤੇ ਹੁੰਦੇ। ਗੁਰੂ ਨਾਨਕ ਸਾਹਿਬ ਨੇ ਕਦੀ ਇਸ ਗੱਲ ਦਾ ਫਿਕਰ ਮੈਨੇ ਇਹ ਕਦੀ ਕਿਹਾ ਸੀਗਾ ਵੀ ਜੀ ਸਾਰਾ ਸੰਸਾਰ ਜਲ ਰਿਹਾ ਅਤੇ ਮੈਨੂੰ ਘਰੇ ਬੈਠਣ ਦੀ ਲੋੜ ਹੈ, ਮੈਨੂੰ ਕੀ ਬਾਹਰ ਜਾਣ ਦੀ ਲੋੜ ਹੈ। ਗੁਰੂ ਸਾਹਿਬ ਨੇ ਤਾਂ ਆਪਣਾ ਸਫ਼ਰ ਸ਼ੁਰੂ ਕੀਤਾ, ਉਹਨਾਂ ਨੇ ਕਿਹਾ ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਸਾਨੂੰ ਹਰੇਕ ਇਨਸਾਨ ਨੂੰ ਇਹ ਸਾਰੀ ਚੀਜ਼ ਦੇ ਬਾਰੇ ਆਪਣਾ ਬਣਦਾ ਰੋਲ ਦਾ ਅਹਿਸਾਸ ਪੈਦਾ ਕਰਨ ਦੀ ਲੋੜ ਹੈ, ਅਤੇ ਉਹ ਅਹਿਸਾਸ ਕਿਸੇ ਬਾਹਰੋਂ ਨਹੀਂ ਆਉਣਾ, ਕਿਸੇ ਸੰਤ ਬਾਬੇ ਕਿਸੇ ਹੋਰ ਨੇ ਨਹੀਂ ਦੇਣਾ, ਇਹ ਤਾਂ ਸਾਨੂੰ ਆਪਣੇ ਮਨ 'ਚੋਂ ਜਗਾਉਣਾ ਪੈਣਾ। ਅਸੀਂ ਵਿਹਲੇ ਕੀ ਕਰਦੇ ਹਾਂ ਜਦੋਂ ਸਾਡੇ ਕੋਲ ਟਾਈਮ ਹੁੰਦਾ, ਅਸੀਂ ਬਸ ਇੰਟਰਨੈਟ ਦੇ ਉੱਤੇ ਲੱਗੇ ਰਹਿੰਦੇ, ਵਟਸਐਪ ਕਰੀ ਜਾਂਦੇ, ਹੋਰ ਕੋਈ ਕੰਮ ਨਹੀਂ। ਵੀ ਯਾਰ ਉੱਠੋ ਜਾ ਕੇ ਪਿੰਡ ਦੀ ਗਲੀ ਸਾਫ਼ ਕਰ ਦਿਓ, ਬਈ ਘੰਟਾ ਵੀ ਨਹੀਂ ਲੱਗੂਗਾ ਜੇ 10 ਬੰਦੇ ਸਾਰੇ ਰਲ ਕੇ ਕਹਿਣ ਜੀ ਸਾਰਾ ਪਲਾਸਟਿਕ ਅਸੀਂ ਸਾਰੇ ਪਿੰਡ ਦਾ ਸਾਫ਼ ਕਰਨਾ। ਮੈਂ ਕਹਿੰਦਾ ਇੱਕ ਦਿਨ ਦੇ ਵਿੱਚ ਸਾਰਾ ਪਿੰਡ ਦਾ ਪਲਾਸਟਿਕ ਸਾਫ਼ ਕੀਤਾ ਜਾ ਸਕਦਾ, ਅਤੇ ਉਹ ਪਿੰਡ ਦੇ ਵਿੱਚ ਜਿਹੜਾ ਪਲਾਸਟਿਕ ਪਿਆ ਅਸੀਂ ਕਹੀ ਜਾਈਏ ਕਿ ਮਿਊਨਸਿਪੈਲਿਟੀ ਆਵੇ, ਪੰਚਾਇਤ ਕੁਛ ਕਰੇ, ਤਾਂ ਕੁਛ ਵੀ ਨਹੀਂ ਹੋਣਾ। ਅਤੇ ਉਹਦਾ ਅਸਰ ਕੀ ਹੋ ਰਿਹਾ, ਉਹ ਜਿਹੜਾ ਪਲਾਸਟਿਕ ਹੈ ਉਹਦਾ ਪਾਣੀ ਸਿਪ ਸਿਪ ਕੇ ਤੁਹਾਡੀ ਜ਼ਮੀਨ 'ਚ ਜਾ ਰਿਹਾ, ਉਹ ਜ਼ਹਿਰ ਬਣ ਰਿਹਾ, ਤੁਹਾਡੇ ਹੀ ਬੱਚਿਆਂ ਨੇ 10 ਸਾਲ ਬਾਅਦ ਜਦੋਂ ਪਾਣੀ ਪੀਣਾ ਉਹਦੇ 'ਚ ਉਹੀ ਕੈਮੀਕਲ ਉਹਦੇ ਸਰੀਰ 'ਚ ਜਾਣਾ ਅਤੇ ਕੈਂਸਰ ਨਾਲ ਮਰਨਗੇ। ਸੋ ਇਹ ਜਿਹੜੀ ਸਾਡੀ ਸੋਚਣੀ ਹੈ ਨਾ ਜੀ, ਅਵੇਸਲਾਪਣ, ਜੇ ਸੋਚਣਾ ਹੀ ਨਹੀਂ ਵੀ ਹੁਣ ਚਲੋ ਚੱਲੀ ਜਾਂਦਾ ਜਿੱਦਾਂ ਚੱਲੀ ਜਾਂਦਾ, ਇਹ ਜਦ ਤੱਕ ਨਹੀਂ ਖਤਮ ਹੋਏਗਾ ਤਦ ਤੱਕ ਇਹਦਾ ਸਲੂਸ਼ਨ ਨਹੀਂ ਲੱਭਿਆ ਜਾ ਸਕਦਾ। ਅਸੀਂ ਕਿਸੇ ਦੀ ਵੇਟ ਨਾ ਕਰੀਏ, ਇਹ ਸਾਡੀ ਬਿਮਾਰੀ ਹੈ, ਅਸੀਂ ਇਹਦਾ ਸਲੂਸ਼ਨ ਆਪ ਲੱਭਣਾ। ਸੋ ਅਸੀਂ ਇਸੇ ਕਰਕੇ ਜਿਹੜਾ 550 ਰੁੱਖਾਂ ਦਾ ਜੰਗਲ ਲਗਾਉਣ ਦਾ ਇਹ ਜਿਹੜਾ ਅਭਿਆਨ ਸ਼ੁਰੂ ਕੀਤਾ ਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਦੇ ਕਾਰ ਦੇ ਸੰਬੰਧ ਵਿੱਚ, ਅਤੇ ਉਹ ਮੈਂ ਚਾਹਾਂਗਾ ਵੀ ਤੁਹਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਜ਼ਰੂਰ ਪਤਾ ਲੱਗੇ ਜੀ। ਡਾਕਟਰ ਸਾਹਿਬ ਜਿਵੇਂ ਹੁਣ ਤੁਸੀਂ ਖੁਦ ਹੀ ਕਿਹਾ ਕਿ ਅਸੀਂ ਇੰਟਰਨੈਟ ਦੇ ਉੱਤੇ ਲੱਗੇ ਰਹਿੰਦੇ ਹਾਂ, ਜਦੋਂ ਅਸੀਂ ਮੁਲਾਕਾਤ ਸ਼ੁਰੂ ਕੀਤੀ ਸੀ ਉਦੋਂ ਮੈਂ ਵੀ ਕੀਤਾ ਸੀਗਾ, ਕਿਹਾ ਸੀਗਾ ਕਿ ਸਾਰੇ ਆਪਣੇ ਆਪਣੇ ਕੰਮ ਦੇ ਵਿੱਚ ਇੰਨੇ ਜ਼ਿਆਦਾ ਰੁੱਝ ਗਏ ਨੇ ਕਿ ਉਹਨਾਂ ਨੂੰ ਵਾਤਾਵਰਨ ਬਾਰੇ ਪਤਾ ਹੀ ਨਹੀਂ ਹੈਗਾ, ਅਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਦਿਲ ਦੇ ਵਿੱਚ ਵੀ ਇਹੀ ਸਵਾਲ ਹੋਏਗਾ, ਮੇਰੇ ਦਿਲ ਦੇ ਵਿੱਚ ਵੀ ਇਹੀ ਸਵਾਲ ਹੈ ਕਿ ਤੁਹਾਨੂੰ ਕੀ ਜ਼ਰੂਰਤ ਪਈ, ਕਦੋਂ ਮਨ ਦੇ ਵਿੱਚ ਆਇਆ, ਇਹਦੇ ਬਾਰੇ ਥੋੜ੍ਹਾ ਖੁੱਲ੍ਹ ਕੇ ਦੱਸੋ। ਪਹਿਲੀ ਗੱਲ ਤਾਂ ਇਹ ਹੈ ਕਿ 2009 ਦੇ ਵਿੱਚ ਜਿਹੜੇ ਯੂਨਾਈਟਿਡ ਨੇਸ਼ਨਸ ਜਿਹੜਾ ਆਪਣਾ ਸਭ ਤੋਂ ਵੱਡੀ ਸਾਰੇ ਗਵਰਨਮੈਂਟ ਜਿਹਦੇ ਵਿੱਚ 190 ਗਵਰਨਮੈਂਟਸ ਦਾ ਜਿਹੜਾ ਇਹ ਅਭਿਆਨ ਜਿਹੜਾ ਅਦਾਰਾ ਹੈਗਾ ਨਿਊਯਾਰਕ ਦੇ ਵਿੱਚ, ਉਹਦਾ ਜਿਹੜਾ ਸੈਕਟਰੀ ਜਨਰਲ ਆ ਉਹਨੇ ਆਵਾਜ਼ ਲਗਾਈ ਸੀ ਕਿ ਦੁਨੀਆ ਦੇ ਸਾਰੇ ਧਰਮ ਨੇ ਜਿਹਦੇ ਵਿੱਚ ਹਿੰਦੂਇਜ਼ਮ ਵੀ ਹੈ, ਸਿੱਖ ਵੀ ਨੇ, ਮੁਸਲਮਾਨ ਵੀ ਨੇ, ਕ੍ਰਿਸਚਨ ਵੀ ਨੇ, ਜਿਊਜ਼ ਨੇ, ਬੁੱਧਿਸਟ ਨੇ, ਇਹਨਾਂ ਦਾ ਧਰਮ ਦਾ ਕੀ ਰੋਲ ਹੋਣਾ ਚਾਹੀਦਾ ਧਰਤੀ ਨੂੰ ਬਚਾਉਣ ਲਈ। ਹਾਂਜੀ, ਕਿਉਂਕਿ ਪੋਲੀਟੀਸ਼ਨ ਹੈ ਜਿਹੜਾ ਜਿਹੜਾ ਰਾਜਨੀਤਿਕ ਲੀਡਰ ਹੁੰਦਾ ਉਹ ਆਪਣੇ ਫਾਇਦੇ ਦੀ ਗੱਲ ਸੋਚਦਾ ਵੀ ਅਗਲੇ ਸਾਲ ਮੈਂ ਕਿੱਦਾਂ ਇਲੈਕਟ ਹੋਣਾ, ਉਹਨੇ ਉਹ ਕੰਮ ਕਰਨੇ ਜਿਹਦੇ ਨਾਲ ਲੋਕਾਂ ਨੂੰ ਖੁਸ਼ ਕਰਕੇ ਆਪਣੀ ਗੱਦੀ ਠੀਕ ਕੀਤੀ ਜਾਵੇ, ਰਾਈਟ। ਜਿਹੜਾ ਧਾਰਮਿਕ ਸਹੀ ਧਾਰ ਦੇ ਉੱਤੇ ਜਿਹੜਾ ਧਾਰਮਿਕ ਨੇਤਾ ਹੈ, ਇਹ ਨਹੀਂ ਜਿਹੜਾ ਇਲੈਕਸ਼ਨ ਵਾਲਾ ਜਿਹੜਾ ਜਿਹੜਾ ਅੱਜ ਕੱਲ੍ਹ ਦੇ ਧਾਰਮਿਕ ਨੇਤਾ ਜਿਹਦੇ ਕਿਸੇ ਧਰਮ 'ਚ ਚਲੇ ਜਾਓ, ਇਹ ਧਾਰਮਿਕ ਨੇਤਾ ਨਹੀਂ ਗੱਲ। ਧਾਰਮਿਕ ਨੇਤਾ ਉਹ ਜਿਹੜੇ ਵਾਕਈ ਗੁਰੂ ਨਾਨਕ ਦੀ ਗੱਲ ਦੇ ਉੱਤੇ ਚੱਲਦੇ ਹੋਣ, ਪਹਿਰਾ ਦਿੰਦੇ ਹੋਣ, ਉਹਨਾਂ ਦਾ ਕੀ ਬਣਦਾ ਰੋਲ ਹੈ? ਉਹਨਾਂ ਨੇ ਇਹ ਆਵਾਜ਼ ਉਠਾਈ ਵੀ ਸਾਰੇ ਧਰਮ ਕੁਛ ਨਾ ਕੁਛ ਕਰਨ। ਉਹਦੇ ਰਿਸਪੋਂਸ ਦੇ ਵਿੱਚ ਅਸੀਂ ਸਿੱਖਾਂ ਵੱਲੋਂ ਇਹ ਜਿਹੜੀ ਈਕੋ ਸਿੱਖ ਜਥੇਬੰਦੀ ਬਣਾਈ, ਇਹਦਾ ਮਕਸਦ ਇਹ ਹੈ, 10 ਸਾਲ ਪਹਿਲਾਂ ਬਣਾਈ ਸੀ, ਇਹਦਾ ਮਕਸਦ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਅਤੇ ਗੁਰੂਆਂ ਨੇ ਜਿਹੜੇ ਉਦੇਸ਼ ਜਿਹੜੇ ਸਾਨੂੰ ਉਪਦੇਸ਼ ਦਿੱਤੇ ਨੇ ਉਹਨਾਂ ਨੂੰ ਇੱਕ ਤਾਂ ਸਿੱਖਾਂ ਦੇ ਚੇਤਨਾ ਦੇ ਵਿੱਚ ਬਾਹਰ ਲਿਆ ਕੇ ਪੇਸ਼ ਕਰਨਾ, ਉਹਨਾਂ ਦੀ ਰੇਡਾਰ ਸਕਰੀਨ ਦੇ ਵਿੱਚ ਲੈ ਕੇ ਆਉਣਾ, ਉਹਨਾਂ ਦੇ ਵਟਸਐਪ ਦੇ ਉੱਤੇ ਮੈਸੇਜ ਆਉਣਾ ਸ਼ੁਰੂ ਹੋਣ ਵੀ ਵਾਤਾਵਰਨ ਲਈ ਸਾਨੂੰ ਕੁਛ ਕਰਨਾ ਚਾਹੀਦਾ, ਗੁਰੂ ਨਾਨਕ ਨੇ ਆਹ ਕਿਹਾ। ਦੂਜੀ ਗੱਲ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਹੁਣ ਇੱਕ ਇੰਟਰਨੈਸ਼ਨਲ ਧਰਮ ਹੈਗੇ ਹਾਂ, 5ਵਾਂ ਵੱਡਾ ਧਰਮ ਹੈ ਸਿੱਖ ਧਰਮ, ਇਹਦਾ ਕੀ ਦੁਨੀਆ ਦੇ ਵਿੱਚ ਇਹਦਾ ਰੋਲ ਕੀ ਹੈ? ਹਾਂਜੀ, ਇਸ ਨੂੰ ਉਭਾਰਨ ਲਈ ਅਸੀਂ ਫਿਰ ਇਹ ਇਸ ਰਾਹੀਂ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਹ ਸਾਰੇ ਇੰਟਰਨੈਸ਼ਨਲ ਲੈਵਲ 'ਤੇ ਯੂਨਾਈਟਿਡ ਨੇਸ਼ਨਸ, ਵਰਲਡ ਬੈਂਕ, ਵਾਈਟ ਹਾਊਸ ਦੇ ਨਾਲ ਸਾਡੀ ਸਿੱਧੀ ਗੱਲਬਾਤ ਹੈ। ਅਸੀਂ ਲੋਕਾਂ ਜਿਹੜੀਆਂ ਇੰਟਰਨੈਸ਼ਨਲ ਗਵਰਨਮੈਂਟਸ ਦੇ ਨਾਲ ਅਸੀਂ ਕੰਮ ਕਰਨਾ ਸ਼ੁਰੂ ਕੀਤਾ। ਇਸ ਜਥੇਬੰਦੀ ਦੇ ਆਧਾਰ ਦੇ ਉੱਤੇ ਕਈ ਕੰਮ ਜਿਹੜੇ ਸਵਰੇ ਨੇ, ਇੱਕ ਜਿਹੜੀ ਸਭ ਤੋਂ ਵੱਡੀ ਗੱਲ ਸਾਨੂੰ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਕਿ ਅਸੀਂ ਸਿੱਖ ਵਾਤਾਵਰਨ ਦਿਵਸ ਸ਼ੁਰੂ ਕੀਤਾ 14 March ਨੂੰ, ਜਿਹੜਾ ਕਿ ਗੁਰੂ ਹਰ ਰਾਏ ਜੀ 7ਵੇਂ ਗੁਰੂ ਦਾ ਗੁਰਗੱਦੀ ਦਿਵਸ ਹੁੰਦਾ। 7ਵੇਂ ਗੁਰੂ ਉਹ ਸੀ ਜਿਨ੍ਹਾਂ ਨੇ ਪਹਿਲੀ ਵਾਰ ਲੋਕਾਂ ਨੂੰ ਇਹ ਚੇਤਨਾ 'ਚ ਲਿਆਂਦਾ ਸੀਗਾ ਵੀ ਭਾਈ ਜਦੋਂ ਤੁਸੀਂ ਜਿੱਦਾਂ ਵੀ ਰਹਿੰਦੇ ਹੋ ਆਪਣੇ ਆਲੇ ਦੁਆਲੇ ਨੂੰ ਨੁਕਸਾਨ ਨਾ ਪਹੁੰਚਾਓ। ਉਹ ਜਿਹੜੀ ਇੱਕ ਸਾਖੀ ਹੈਗੀ ਵੀ 6ਵੇਂ ਗੁਰੂ ਨੇ ਦੇਖਿਆ ਵੀ 7ਵੇਂ ਗੁਰੂ ਗੁਰੂ ਹਰ ਰਾਏ ਜੀ ਬੜੇ ਉਦਾਸ ਬੈਠੇ ਸੀਗੇ ਅਤੇ ਉਹਨਾਂ ਨੇ ਕਿਹਾ ਵੀ ਬੇਟਾ ਉਦਾਸ ਕਿਉਂ, ਰੋ ਕਿਉਂ ਰਹੇ ਹੋ? ਕਹਿੰਦੇ ਜੀ ਮੇਰੇ ਚੋਲੇ ਨਾਲ ਇੱਕ ਆ ਗੁਲਾਬ ਦਾ ਫੁੱਲ ਟੁੱਟ ਗਿਆ।
ਤੇ ਉਹਨਾਂ ਨੇ 6ਵੇਂ ਗੁਰੂ ਨੇ ਉਪਦੇਸ਼ ਦਿੱਤਾ ਸੀ ਭਾਈ ਅੱਗੇ ਤੋਂ ਆਪਣਾ ਚੋਲਾ ਆਪਣਾ ਸਾਰਾ ਕੁਛ ਸੰਭਾਲ ਕੇ ਚੱਲੋ ਵੀ ਆਲੇ ਦੁਆਲੇ ਨੂੰ ਨੁਕਸਾਨ ਨਾ ਪਹੁੰਚੇ। ਤੇ ਸਾਰੀ ਉਮਰ ਗੁਰੂ ਹਰ ਰਾਏ ਜੀ ਜਦੋਂ ਵੱਡੇ ਵੀ ਹੋ ਗਏ ਅਡਲਟ ਵੀ ਹੋ ਗਏ ਗੁਰੂ ਵੀ ਬਣ ਗਏ ਉਹ ਚੋਲਾ ਪਕੜ ਕੇ ਜਾਂਦੇ ਹੁੰਦੇ ਸੀ ਸਿੰਬੋਲਿਕਲੀ ਇਹ ਸੰਕੇਤ ਦੇਣ ਲਈ ਵੀ ਭਾਈ ਇੱਦਾਂ ਜੀਵਨ ਜਿਉਣਾ ਆਪਣਾ ਆਲਾ ਦੁਆਲਾ ਨਹੀਂ ਨੁਕਸਾਨ ਕਰਨਾ। ਉਸ ਗੁਰੂ ਦਾ ਜਿਹੜਾ ਗੁਰਗੱਦੀ ਦਿਵਸ ਅਸੀਂ March 14 ਅਸੀਂ ਸਿੱਖ ਵਾਤਾਵਰਨ ਦਿਵਸ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ। ਅਸੀਂ ਇਹ ਲੋਕਾਂ ਨੂੰ ਸੁਜੈਸ਼ਨ ਦਿੱਤੀ ਹੈ ਵੀ 7 ਤਰੀਕਿਆਂ ਨਾਲ ਤੁਸੀਂ 7ਵੇਂ ਗੁਰੂ ਦਾ ਦਿਨ ਮਨਾ ਸਕਦੇ ਹੋ। ਵਾਤਾਵਰਨ ਲਈ ਕੁਛ ਕਦਮ ਚੁੱਕੋ, ਉਹਦੇ ਵਿੱਚ ਹੈ ਵੀ ਪਹਿਲਾਂ ਗ੍ਰੀਨ ਦੀਵਾਨ ਕਰੋ ਵੀ ਗੁਰਬਾਣੀ ਦੇ ਵਿੱਚ ਕਿੰਨੇ ਹੀ ਅਣਗਿਣਤ ਸ਼ਬਦ ਨੇ ਹਾਂਜੀ ਜਿਹਦੇ ਵਿੱਚ ਨੇਚਰ ਲਈ ਕੁਦਰਤ ਲਈ ਕੁਛ ਨਾ ਕੁਛ ਸੰਕੇਤ ਦਿੱਤਾ ਗਿਆ, ਉਹਨਾਂ ਸ਼ਬਦਾਂ ਦਾ ਵਿਖਿਆਨ ਹੋਵੇ, ਕੀਰਤਨ ਹੋਵੇ। ਦੂਜਾ ਵੀ ਬਾਈਸਾਈਕਲ ਰੈਲੀ ਕਰ ਲਓ। ਤੀਜਾ ਵੀ ਪਾਣੀ ਬੱਚਤ ਲਈ ਕੋਈ ਕਦਮ ਚੁੱਕੋ, ਬਲਬ ਉੱਦਾਂ ਦੇ ਲਗਾਓ ਜਿਹਦੇ ਨਾਲ ਕਿ ਐਨਰਜੀ ਖਰਾਬ ਨਾ ਹੋ। ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਦਮਦਮਾ ਸਾਹਿਬ ਦਾ ਜਿਹੜਾ ਕਿ ਸਾਡਾ ਤਖਤ ਹੈ ਉਹਦਾ ਬਿਜਲੀ ਦਾ ਬਿੱਲ ਹੈ ਉਹ ਜਿਹੜਾ ਤਕਰੀਬਨ ਹੈ 20 ਲੱਖ ਰੁਪਈਆ ਮਹੀਨੇ ਦਾ। ਤੁਸੀਂ ਹੁਣ ਦੱਸੋ ਵੀ ਇਹ ਜੇ ਇੱਕ ਗੁਰਦੁਆਰੇ ਦਾ ਬਿਜਲੀ ਦਾ ਬਿੱਲ ਜੇ 20 ਲੱਖ ਹੈ ਤਾਂ ਤੁਸੀਂ ਦੇਖੋ ਵੀ ਜੇ ਅਸੀਂ ਸੋਲਰ ਉੱਥੇ ਲਗਾਇਆ ਜਾਵੇ ਜਾਂ ਸਾਡੇ ਵਿੱਚ ਇਹ ਸਾਡੀ ਚੇਤਨਾ 'ਚ ਆਵੇ ਵੀ ਬਲਬ ਜਿੰਨੇ ਲੱਗੇ ਨੇ ਇਹਦੇ ਨਾਲ ਬਿਜਲੀ ਖਰਾਬ ਨਾ ਹੋਵੇ, ਬਿੱਲ ਘੱਟ ਆਵੇ, ਉਹੀ ਪੈਸਾ ਤੁਸੀਂ ਬੱਚਿਆਂ ਦੀ ਪੜ੍ਹਾਈ ਲਈ ਲਾ ਸਕਦੇ ਹੋ, ਕੋਈ ਪਾਣੀ ਨੂੰ ਸ਼ੁੱਧ ਕਰਨ ਲਈ ਕੋਈ ਪਲਾਂਟ ਲਗਾ ਸਕਦੇ ਹੋ। ਸੋ ਕਈ ਜਿਹੜੀਆਂ ਸੋਚਣ ਦਾ ਜਿਹੜਾ ਢੰਗ ਹੈ ਨਾ ਜੀ ਉਹਦੇ ਵਿੱਚ ਵਾਤਾਵਰਨ ਨੂੰ ਪ੍ਰਾਇਰਟੀ ਪਹਿਲਾ ਨੰਬਰ ਆਈਟਮ ਲਿਆਉਣ ਦੀ ਲੋੜ ਹੈ ਸਾਨੂੰ। ਉਹ ਸਾਰੇ ਮਕਸਦ ਹੀ ਇਹ ਈਕੋ ਸਿੱਖ ਦਾ ਹੈਗਾ। ਸੋ ਆਹ ਜਿਹੜਾ 550 ਰੁੱਖ ਲਗਾਉਣ ਦਾ ਜੰਗਲ ਲਗਾਉਣ ਦਾ ਵੀ ਉਸੇ ਸੋਚ ਦੇ ਅਧੀਨ ਹੈਗਾ ਜੀ। ਜੀ ਅਤੇ ਡਾਕਟਰ ਸਾਹਿਬ ਤੁਸੀਂ ਜੀ ਹੁਣ ਪਹਿਲਾਂ ਵੀ ਕਿਹਾ ਸੀਗਾ ਜਿਵੇਂ ਕਿ ਅਸੀਂ ਇੱਕ ਐਜ਼ ਏ ਪੰਜਾਬੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡੇ ਕੀ ਫਰਜ਼ ਬਣਦੇ ਨੇ, ਕਿਉਂਕਿ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਕਿ ਸਰਕਾਰਾਂ ਨੇ ਘਰ ਆ ਕੇ ਤੁਹਾਡੇ ਨਹੀਂ ਦੇਖਣਾ ਕੁਝ, ਅਤੇ ਇਸ ਤੋਂ ਇਲਾਵਾ ਦਿਲ ਦੇ ਵਿੱਚ ਸ਼ਾਇਦ ਕੋਈ ਗੱਲ ਰਹਿ ਗਈ ਹੋਵੇ ਮੈਂ ਨਾ ਪੁੱਛ ਪਾ ਰਿਹਾ ਹਾਂ ਤਾਂ ਤੁਸੀਂ ਕਹਿ ਸਕਦੇ ਹੋ ਜਾਂਦੇ ਜਾਂਦੇ। ਮੈਂ ਤਾਂ ਬੇਨਤੀ ਮੇਰੀ ਇਹ ਹੈ ਛੋਟੇ ਵੀਰ ਵੀ ਆਪਾਂ 550ਵਾਂ ਗੁਰਪੁਰਬ ਪੰਜਾਬ ਦੇ ਲੋਕਾਂ ਨੇ ਮਨਾਇਆ, ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਮਨਾਇਆ ਹਾਂਜੀ। ਅਸੀਂ ਸਾਰਿਆਂ ਨੇ ਕੀ ਅਜਿਹਾ ਨਵਾਂ ਕਦਮ ਚੁੱਕਿਆ ਕਿ ਇਸ ਗੁਰਪੁਰਬ ਮਨਾਏ ਦਾ ਅਸਰ ਸਾਰੀ ਦੁਨੀਆ ਦੇ ਵਿੱਚ ਜਾਂ ਜਿੱਥੇ ਵੀ ਮਨਾਇਆ ਗਿਆ ਜਾਂ ਇਵੇਂ ਜਾ ਕੇ ਹੁਣ ਆਪਾਂ ਸੁਲਤਾਨਪੁਰ ਲੋਧੀ ਪੁੱਛ ਲਈਏ ਵੀ ਇੱਥੇ ਐਡਾ ਵੱਡਾ ਜਸ਼ਨ ਹੋਇਆ, 2000 ਕਰੋੜ ਦੇ ਜਿਹੜੇ ਪੰਡਾਲ ਲੱਗੇ, ਜਲੇਬੀਆਂ ਪਕੌੜੇ ਛਕੇ ਗਏ ਉੱਥੇ, ਪੀਜ਼ਾ ਬਰਗਰ ਅਤੇ ਇਹਦੇ ਲੰਗਰ ਛਕੇ ਗਏ, ਇਹਦੇ ਨਾਲ ਕੀ ਬਦਲਾਅ ਕੀ ਆਇਆ, ਚੇਂਜ ਕੀ ਆਈ ਹਾਂਜੀ। ਇੰਨੇ ਨਗਰ ਕੀਰਤਨ ਹੋਏ, ਇੰਨੇ ਕੀਰਤਨ ਦਰਬਾਰ ਹੋਏ, ਸਾਰਾ ਕੁਛ ਕਰਕੇ ਉਹ ਜਿਹੜੀ ਸਾਰੀ ਸੈਲੀਬ੍ਰੇਸ਼ਨ ਸੀ ਉਹ 6 ਮਹੀਨੇ ਦੇ ਵਿੱਚ ਹੀ ਉਹਦਾ ਜਿਹੜਾ ਅਸਰ ਖਤਮ ਹੋ ਗਿਆ ਹਾਂਜੀ। ਸੋ ਸਾਡਾ ਇਹ ਵਿਸ਼ਵਾਸ ਹੈ ਵੀ ਜੇ ਅਸੀਂ ਇਹ ਜਿਹੜਾ ਗੁਰਪੁਰਬ ਮਨਾ ਰਹੇ ਹਾਂ ਜਿਹੜਾ ਕਿ ਹਰੇ ਵੀ 4 ਸਾਲ ਪੂਰਾ ਚੱਲ ਰਿਹਾ, ਅਸੀਂ ਕਿਉਂ ਨਾ ਸਾਰੇ ਰਲ ਕੇ ਆਪਣੇ ਆਪਣੇ ਪਿੰਡ, ਸ਼ਹਿਰ, ਸਕੂਲ, ਕਾਲਜ, ਮੰਦਰ ਦੇ ਵਿੱਚ 550 ਰੁੱਖਾਂ ਦਾ ਇੱਕ ਜੰਗਲ ਲਗਾਈਏ। ਅਤੇ ਇਹਨਾਂ ਦੇ ਵਿੱਚ ਰੁੱਖ ਵੀ ਉਹ ਲਗਾਏ ਜਾਂਦੇ ਨੇ ਜਿਹੜੇ ਬਹੁਤੇ ਪੰਜਾਬ ਦੇ ਹੁਣ ਇਸ ਵੇਲੇ ਰੁੱਖ ਜਿਹੜੇ ਨੇ ਅਲੋਪ ਹੁੰਦੇ ਜਾ ਰਹੇ ਨੇ। ਹੁਣ ਤੁਸੀਂ ਦੱਸੋ ਕਦੀ ਤੁਸੀਂ ਜੰਡ ਦੇਖਿਆ ਆਲੇ ਦੁਆਲੇ, ਕਿਤੇ ਟਾਹਲੀ ਦੇਖੀ ਹੈ ਕਿਤੇ, ਜਾਂ ਲਸੂੜਾ ਦੇਖਿਆ, ਜਾਂ ਬਹੇੜਾ ਦੇਖਿਆ, ਜਾਂ ਹਾਰ ਸ਼ਿੰਗਾਰ ਦੇਖਿਆ, ਜਾਂ ਸੁਹਾਜਣਾ ਦੇਖਿਆ? ਇਹ ਪੰਜਾਬ ਦੇ ਜੱਦੀ ਜਿਹੜੇ ਰੁੱਖ ਸੀਗੇ ਜਿਹੜੇ ਕਿ ਇਸ ਧਰਤੀ ਨੂੰ ਉਪਜਾਊ ਬਣਾਉਂਦੇ ਸੀਗੇ, ਜਿਨ੍ਹਾਂ ਰੁੱਖਾਂ ਦੇ ਉੱਤੇ ਬੈਠ ਕੇ ਜਿਹੜੇ ਪੰਛੀ ਸੀਗੇ ਉਹ ਹੋਰ ਇਹਨੂੰ ਚੰਗਾ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਸੀਗੇ, ਜਾਂ ਜਿਹੜੀਆਂ ਛੋਟੀਆਂ ਛੋਟੀਆਂ ਮੱਖੀਆਂ ਸੀ, ਬੀਜ਼ ਨੇ ਜਿਹੜੇ, ਇਹ ਖਤਮ ਹੁੰਦੀਆਂ ਜਾ ਰਹੀਆਂ ਨੇ, ਖਤਮ ਹੋ ਚੁੱਕੇ ਨੇ। ਸੋ ਅਸੀਂ ਇਹਨਾਂ ਰੁੱਖਾਂ ਨੂੰ ਦੁਬਾਰਾ ਰਿਵਾਈਵ ਕਰਨ ਲਈ ਅਸੀਂ ਇੱਕ ਨਰਸਰੀ ਖੋਲ੍ਹੀਏ ਜਿਹਦੇ ਵਿੱਚ 39 ਕਿਸਮ ਦੇ ਜਿਹੜੇ ਰੁੱਖ ਨੇ ਜਿਹੜੇ ਪੰਜਾਬ 'ਚ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ, ਉਹਨਾਂ ਰੁੱਖਾਂ 'ਤੇ ਅਸੀਂ ਇਹ ਜੰਗਲ ਲਗਾ ਰਹੇ ਹਾਂ। ਇਹਨਾਂ ਜੰਗਲਾਂ ਦਾ ਫਾਇਦਾ ਕੀ ਹੋ ਰਿਹਾ ਉਹ ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ। ਇੱਕ ਜਦੋਂ ਤੁਸੀਂ ਜੰਗਲ ਲਗਾਉਂਦੇ ਹੋ ਪਹਿਲਾਂ ਤਾਂ 50 ਘਰਾਂ ਦਾ ਚੁੱਲ੍ਹਾ ਜਲਦਾ ਉਹਦੇ ਨਾਲ ਹਾਂਜੀ, ਅਤੇ ਖਰਚਾ ਕੀ ਇੰਨਾ, 50,000 ਤੋਂ ਲੈ ਕੇ 1,00,000 ਰੁਪਈਆ ਲੱਗਦਾ ਇੱਕ ਜੰਗਲ ਲਗਾਉਣ ਦਾ, ਅਤੇ 4 ਮਹੀਨਿਆਂ ਦੇ ਵਿੱਚ 20-20 ਫੁੱਟ ਤੱਕ ਜਿਹੜੇ ਰੁੱਖ ਲੱਗ ਜਾਂਦੇ ਨੇ ਹਾਂਜੀ। ਅਤੇ ਤੀਜੀ ਗੱਲ ਜਿਹੜਾ ਇਹ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹ ਪੰਛੀ ਆਪਣੇ ਆਪ ਹੋਰ ਜੰਗਲ 'ਚ ਵਾਧਾ ਕਰਦੇ ਨੇ, ਹੋਰ ਰੁੱਖ ਪੈਦਾ ਕਰ ਦਿੰਦੇ ਨੇ। ਚੌਥਾ ਹੈ ਕਿ ਪਾਣੀ ਜਿਹੜੇ ਜ਼ਮੀਨ ਦੇ ਵਿੱਚ ਥੱਲੇ ਜਾ ਰਿਹਾ ਪਾਣੀ ਦਾ ਜਿਹੜਾ ਤਲ ਹੈ ਉਹ ਉੱਪਰ ਆਉਣਾ ਸ਼ੁਰੂ ਹੋ ਜਾਂਦਾ, ਇਹ ਰੁੱਖ ਉਹਨੂੰ ਖਿੱਚਦੇ ਨੇ। ਪੰਜਵਾਂ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਜਿਹੜਾ ਬੱਦਲ ਹੈ ਉਹਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੰਦੇ, ਜਿਹੜੇ ਮੀਂਹ ਦਾ ਜਿਹੜਾ ਸਾਈਕਲ ਹੈ ਹੁਣ ਕੀ ਹੋ ਰਿਹਾ, ਜਾਂ ਤਾਂ ਪਾਣੀ ਜਾਂ ਤਾਂ ਮੀਂਹ ਬਿਲਕੁਲ ਨਹੀਂ ਪੈਂਦਾ ਪੰਜਾਬ 'ਚ, ਜਾਂ ਪੈਂਦਾ ਤਾਂ ਫਿਰ ਇੰਨੀ ਜ਼ੋਰ ਦੀ ਪੈਂਦਾ ਕਿ ਬਾੜ ਆ ਜਾਂਦੀ ਹੈ, ਬੁਰਾ ਹਾਲ ਹੁੰਦਾ। ਸੋ ਇਸ ਕਰਕੇ ਹਰ ਚੀਜ਼ ਦਾ ਇਲਾਜ ਹੈ ਕਿ ਅਸੀਂ ਜੰਗਲ ਲਗਾਉਣੇ ਸ਼ੁਰੂ ਕਰੀਏ। ਸੋ ਸਾਡੀ ਤਾਂ ਇਹੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਵੀ ਹੁਣ ਨਾ ਬੈਠੋ, ਮੈਂ ਤਾਂ ਇਹ ਪੁੱਛਣਾ ਚਾਹਾਂਗਾ ਤੁਹਾਡੇ ਦਰਸ਼ਕਾਂ ਰਾਹੀਂ ਵੀ ਅਸੀਂ ਕਿਹਦੀ ਇੰਤਜ਼ਾਰ 'ਚ ਬੈਠੇ ਹਾਂ, ਅਸੀਂ ਕਿਹਦੇ ਲਈ ਵੇਟ ਕਰ ਰਹੇ ਹਾਂ। ਪ੍ਰੈਜ਼ੀਡੈਂਟ ਓਬਾਮਾ ਜਿਹੜਾ ਅਮਰੀਕਾ ਦਾ ਪ੍ਰਧਾਨ ਸੀਗਾ ਉਹਨੇ ਬੜਾ ਸੋਹਣਾ ਇਲੈਕਸ਼ਨ ਦੇ ਵਿੱਚ ਨਾਰਾ ਦਿੰਦਾ ਹੁੰਦਾ ਸੀ ਕਿ ਵੀ ਆਰ ਦਾ ਪੀਪਲ ਵੀ ਹੈਵ ਬੀਨ ਵੇਟਿੰਗ ਫੋਰ, ਅਸੀਂ ਹੀ ਉਹ ਲੋਕ ਹਾਂ ਜਿਹਦੀ ਇੰਤਜ਼ਾਰ ਦੇ ਵਿੱਚ ਅਸੀਂ ਬੈਠੇ ਹਾਂ।
ਸਵਾਰ ਪੰਜਾਬੀ ਇਹ ਵੇਟ ਕਰ ਰਿਹਾ ਵੀ ਪਤਾ ਨਹੀਂ ਕਿਹੜਾ ਕੋਈ ਮਸੀਹਾ ਆਊਗਾ, ਕੋਈ ਨਵਾਂ ਚੀਫ ਮਿਨਿਸਟਰ ਬਣੂ, ਕੋਈ ਨਵੀਂ ਪਾਰਟੀ ਆਊ ਅਤੇ ਨਵਾਂ ਕੋਈ ਬੰਦਾ ਆਊਗਾ ਜਿਹੜਾ ਸਾਡਾ ਸਾਡਾ ਸਾਰਾ ਸੰਸਾਰ ਬਦਲ ਦੂਗਾ। ਕਿਸੇ ਨੇ ਨਹੀਂ ਬਦਲਣਾ, ਅਸੀਂ ਹੀ ਉਹ ਲੋਕ ਹੈਗੇ ਹਾਂ। ਸੋ ਸਾਨੂੰ ਸਾਰਿਆਂ ਨੂੰ ਹਰ ਵੇਲੇ ਇਸ ਫਿਕਰ ਨੂੰ ਮੁੱਖ ਰੱਖ ਕੇ ਕੋਈ ਨਾ ਕੋਈ ਪੋਜ਼ਿਟਿਵ ਕਦਮ ਚੁੱਕਣ ਦੀ ਲੋੜ ਹੈ, ਭਾਵੇਂ ਉਹ ਸਫਾਈ ਵਾਲਾ, ਭਾਵੇਂ ਰੁੱਖ ਲਗਾਉਣ ਵਾਲਾ, ਜੰਗਲ ਲਗਾਉਣ ਵਾਲਾ, ਪਾਣੀ ਦੀ ਬੱਚਤ ਕਰਨ ਵਾਲਾ, ਜਾਂ ਬੱਚਿਆਂ ਨੂੰ ਅਸੀਂ ਸਹੀ ਐਜੂਕੇਸ਼ਨ ਵਾਲੇ ਪਾਸੇ ਤੋਰੀਏ। ਸੋ ਇਹ ਜਿਹੜੇ ਕੰਮ ਜਿਹੜੇ ਸਾਨੂੰ ਆਪ ਨੂੰ ਇਹਨਾਂ ਬਾਰੇ ਕਦਮ ਚੁੱਕਣ ਦੀ ਲੋੜ ਹੈ। ਅਤੇ ਅਸੀਂ ਤਾਂ ਸਾਰਿਆਂ ਨੂੰ ਇਨਵਾਈਟ ਕਰਦੇ ਹਾਂ ਵੀ ਸਾਰੇ ਸਾਡੇ ਨਾਲ ਜੁੜੋ, ਆਪਾਂ ਸਾਰੇ ਰਲ ਕੇ ਇਕੱਠੇ ਕੰਮ ਕਰ ਸਕਦੇ ਹਾਂ, ਕੋਈ ਧਰਮ ਦਾ ਵਿਤਕਰਾ ਨਹੀਂ, ਅਸੀਂ ਕਿਸੇ ਨਾਲ ਹਰੇਕ ਨਾਲ ਅਸੀਂ ਕੰਮ ਕਰਨ ਨੂੰ ਤਿਆਰ ਹਾਂ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ। ਬਹੁਤ ਵਧੀਆ ਜੀ, ਤੁਹਾਡਾ ਥੈਂਕ ਯੂ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸੀ ਸਾਡੇ ਨਾਲ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਗੱਲ ਖੁੱਲ੍ਹ ਕੇ ਦੱਸੀ। ਮੈਨੂੰ ਯਕੀਨ ਹੈ ਕਿ ਆਪ ਜੀ ਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ, ਅਤੇ ਤੁਹਾਨੂੰ ਸਾਡੀ ਇਹ ਮੁਲਾਕਾਤ ਕਿਵੇਂ ਦੀ ਲੱਗੀ ਸਾਨੂੰ ਆਪਣੀ ਕੀਮਤੀ ਪ੍ਰਤੀਕਿਰਿਆ ਜ਼ਰੂਰ ਦੇਣਾ। ਥੈਂਕ ਯੂ ਸੋ ਮਚ।